ईद उल फितर ते मुस्लिम भाईचारे दे वल्लों सारी दुनिया नूं शांति दा संदेश दित्ता गया। अमृतसर दी मस्जिद खैरदीन जामा मस्जिद च वी सवेरे नमाज अदा कीती गई अते उस तों बाद सारिआं ने इक दूजे नूं ईद मुबारक दे के 29 दिनां दे रोजे नूं खत्म कीता। इस मौके ते मस्जिद दे इमाम ने जिथे सारी दुनिया च शांति दा माहौल कायम होण दी दुआ वी कीती। ईद दा बड़ा ही पवित्र त्यौहार जिहड़ा है, सारे साडे अमृतसर च गुरुआं पीरां पैगंबरां दी नगरी है, साडी अमृतसर दी पवित्र धरती है। सो इत्थे अज साडे मुस्लिम भाईचारे वल्लों ईद दा जिहड़ा बड़ा ही पवित्र त्यौहार साडा हुंदा, उह रल मिल के आपसी भाईचारे प्रेम नाल मनाया गया है। सो मैं आशीर्वाद लैण आया, मौलवी जी ने मैनू वी सरोपा दे के आशीर्वाद दित्ता है। सो अज दे दिन असीं इहो सारे ने परमात्मा दे चरणां च ਇਹੋ ਅਰਦਾਸ ਕਰਨੀ ਹੈ ਕਿ ਸਾਡਾ ਸਾਰਿਆਂ ਦਾ ਆਪਸੀ ਭਾਈਚਾਰਾ ਪ੍ਰੇਮ ਬਣਿਆ ਰਹੇ, ਅਸੀਂ ਰਲ ਮਿਲ ਕੇ ਆਪਣੇ ਦੇਸ਼ ਲਈ ਜੋ ਵੀ ਕੁਝ ਕਰ ਸਕਦੇ ਹਾਂ ਉਹ ਜ਼ਰੂਰ ਸਾਰੇ ਆਪਣਾ ਫਰਜ਼ ਸਮਝ ਕੇ ਕਰੀਏ। ਸੋ ਮੈਂ ਸਮਝਦਾ ਜਿਹੜੇ ਕੁਛ ਇਨਸਾਨ ਜਿਨ੍ਹਾਂ ਦੇ ਮਨਾਂ 'ਚ ਨਫ਼ਰਤਾਂ ਨੇ, ਨਫ਼ਰਤਾਂ ਨੂੰ ਭਰਾ ਕੇ ਸਾਨੂੰ ਸਾਰਿਆਂ ਨੂੰ ਚੰਗੀ ਸੋਚ ਬਣਾਉਣੀ ਚਾਹੀਦੀ ਹੈ, ਸਾਨੂੰ ਆਪਸੀ ਭਾਈਚਾਰਾ ਬਰਕਰਾਰ ਰੱਖਣਾ ਚਾਹੀਦਾ। ਸੋ ਅੱਜ ਮੈਂ ਜ਼ਿਆਦਾ ਕੁਛ ਕਹਿਣਾ ਨਹੀਂ ਕਿਉਂਕਿ ਬੜਾ ਇਹ ਪਵਿੱਤਰ ਤਿਉਹਾਰ ਆ। ਸੋ ਅੱਜ ਦੇ ਦਿਨ ਮੈਂ ਸਾਰੇ ਆਪਣੇ ਮੁਸਲਿਮ ਭਾਈਚਾਰੇ ਨੂੰ ਅੱਜ ਦੇ ਸ਼ੁਭ ਦਿਨ 'ਤੇ ਬਹੁਤ ਬਹੁਤ ਮੁਬਾਰਕਬਾਦ ਦਿੰਦਾ। ਅੱਜ ਜੋ ਰੋਜ਼ੇ ਕਾ ਪੈਗਾਮ ਹੈ, ਈਦ ਕਾ ਪੈਗਾਮ ਹੈ, ਉਹ ਇਹ ਹੈ ਕਿ ਹਮਾਰੇ ਮਾਮਲਾਤ ਔਰ ਹਮਾਰੇ ਅਖਲਾਕ ਠੀਕ ਹੋ ਜਾਏ, ਕਿਉਂਕਿ ਪੂਰੀ ਇਨਸਾਨੀਅਤ ਅੱਜ ਅਖਲਾਕ ਕੇ ਐਤਬਾਰ ਸੇ, ਮਾਮਲਾਤ ਕੇ ਐਤਬਾਰ ਸੇ ਪਰੇਸ਼ਾਨ ਹੈ। ਬੜੇ ਛੋਟੀ ਕੀ ਤਮੀਜ਼ ਨਹੀਂ, ਅਮੀਰ ਔਰ ਗਰੀਬ ਮੇਂ ਤਫਰੀਕ ਪੜ ਗਈ ਔਰ ਗਰੀਬੋਂ ਕਾ ਇਸਤਿਹਸਾਲ ਹੋ ਰਹਾ ਹੈ। ਅਮੀਰ ਆਪਣੇ ਆਪ ਮੇਂ ਸਮਝਤੇ ਨਹੀਂ ਕਿ ਗਰੀਬੋਂ ਕੇ ਵੀ ਕੁਛ ਹਕੂਕ ਹੈ। ਤੋ ਹਮਾਰੀ ਦੁਆਏਂ ਔਰ ਹਮਾਰੀ ਇਲਤਿਜਾ ਯਹੀ ਹੈ ਕਿ ਹਮ ਜੋ ਹੈ ਇੱਕ ਦੂਸਰੇ ਸੇ ਪਿਆਰ ਕਰਨੇ ਵਾਲੇ, ਮੁਹੱਬਤ ਕਰਨੇ ਵਾਲੇ, ਇੱਕ ਦੂਸਰੇ ਸੇ ਹਕੂਕ ਕੋ ਅਦਾ ਕਰਨੇ ਵਾਲੇ ਬਣ ਜਾਏ। ਅੰਮ੍ਰਿਤਸਰ ਤੋਂ ਗਜਿੰਦਰ ਸਿੰਘ ਕਿੰਗ ਦੀ ਰਿਪੋਰਟ, ਚੈਨਲ 2।